ਢੋਲ ਭੱਜੇ ਤੇ ਭੰਗੜੇ ਪਾਉਣ ਕੁੜੀਆਂ, ਮੱਖਣ ਬਰਾਰ ਦੀ ਮੰਨ ਲੈਣ ਗੱਲ ਇੱਕੋ, ਕਿਤੇ ਸੱਸ ਨੂੰ ਜੱਫੇ ਨਾ ਲਾਉਣ ਕੁੜੀਆਂ। ਇੱਕ ਵਾਰੀ ਭੈਣ ਜੀ ਹੁਣਾਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ, ਕਿਉਂਕਿ ਬੜੇ ਸੋਹਣੇ ਪ੍ਰਚਾਰਕ ਹੈ। ਨਵਜੋਤ ਕੌਰ ਲੰਬੀ ਮੈਂ ਚਾਰ ਸ਼ਬਦ ਕਿ ਧੀਆਂ ਕਿਹੜੀਆਂ ਰਾਤ ਪੀਆਂ ਨੇ, ਧੀਆਂ ਕਿਹੜੀਆਂ ਰਾਤ ਨੂੰ ਉੱਠ ਉੱਠ ਖਾਂਦੀਆਂ ਨੇ, ਬਾਪ ਉੱਠ ਵਿੱਚ ਜੈ ਬੱਡੀ ਦੀਆਂ ਮਰ ਮਰ ਜਾਂਦੀਆਂ ਨੇ। ਜਦ ਕੇਵਲ ਲੋਕੀ ਨਜ਼ਰਾਂ ਭਰਦੇ ਆ, ਬਸ ਇਸੇ ਗੱਲ ਤੋਂ ਲੋਕ ਧੀ ਜੰਮਣ ਤੋਂ ਡਰਦੇ ਆ, ਕਿਸੇ ਗੱਲੋਂ ਵੀ ਧੀਆਂ ਕਰਨੇ ਆ। ਮੈਂ ਕਿਤੇ ਸਾਡੇ ਭੈਣ ਜੀ ਨਵਜੋਤ ਕੌਰ ਲੰਬੀ ਉਹ ਵੀਰ ਜੀ ਸਾਰੇ ਬਹਿ ਜਾਓ, ਪਿੱਛੇ ਵਾਲੇ ਨੂੰ ਨਹੀਂ ਦੇਖ ਪਾ ਰਿਹਾ, ਪਲੀਜ਼ ਜਾਂ ਤਾਂ ਸਾਈਡ ਤੇ ਅੜ ਜਾਓ ਜਾਂ ਬਹਿ ਜਾਓ। ਤੇਰੀ ਦੇਗ ਵੀ ਫਤਿਹ ਤੇ ਤੇਰੀ ਤੇਗ ਵੀ ਫਤਿਹ, ਤੇਰੇ ਬਸਤਰ ਵੀ ਫਤਿਹ ਤੇ ਤੇਰੇ ਸ਼ਸਤਰ ਵੀ ਫਤਿਹ, ਸਿੰਘਾਂ ਦੇ ਬੁਲਾਰੇ ਵੀ ਫਤਿਹ ਤੇ ਜਕਾਰੇ ਵੀ ਫਤਿਹ, ਸਿੰਘਾਂ ਦੇ ਰਖਤ ਵੀ ਫਤਿਹ ਤੇ ਤਖਤ ਵੀ ਫਤਿਹ, ਸਿੰਘਾਂ ਦੀ ਗੜੀ ਵੀ ਫਤਿਹ ਤੇ ਚਮਕੌਰ ਵੀ ਫਤਿਹ, ਸਿੰਘਾਂ ਦੇ ਜੰਗ ਵੀ ਫਤਿਹ ਤੇ ਜੰਗਾਂ ਦੇ ਸ਼ੋਰ ਵੀ ਫਤਿਹ, ਜ਼ਮੀਨ ਤੋਂ ਅਸਮਾਨ ਤੱਕ ਗੂੰਜੇ ਫਤਿਹ ਹੀ ਫਤਿਹ। ਸੋ ਕਹਿੰਦੇ ਨੇ ਜਿਹਦੀ ਜ਼ੁਬਾਨ ਤੇ ਫਤਿਹ ਤੇ ਉਹਦੀ ਜਹਾਨ ਤੇ ਫਤਿਹ, ਸੋ ਗੱਜ ਕੇ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ। ਸੋ ਅੱਜ ਯੂਪੀ ਉੱਤਰ ਪ੍ਰਦੇਸ਼ ਦੀ ਧਰਤੀ ਤੇ ਆਉਣ ਦਾ ਮੌਕਾ ਮਿਲਿਆ, ਉਹ ਧਰਤੀ ਹੈ ਜਿੱਥੇ ਸਾਡੀ ਕੌਮ ਤੇ ਬਹੁਤ ਹੀ ਮਿਹਨਤਕਸ਼ ਲੋਕਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਨਾਲ, ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਇਸ ਧਰਤੀ ਤੇ ਆਪਣਾ ਨਾਮ ਬਣਾਇਆ, ਆਪਣੀ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਗਏ ਆ। ਬੜਾ ਮਾਣ ਹੁੰਦਾ ਕਿ ਸਾਡੀ 2% ਵਾਲੀ ਕੌਮ ਵੀ ਦੁਨੀਆ ਦੇ ਹਰ ਕੋਨੇ ਤੇ ਪਹੁੰਚ ਚੁੱਕੀ ਹੈ ਤੇ ਹਰ ਜਗ੍ਹਾ ਤੇ ਜਾ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪਿਛਲੇ ਸਾਲ ਮੈਨੂੰ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬੜੀ ਇੱਕ ਅਚੰਭੇ ਵਾਲੀ ਗੱਲ ਸੀ ਕਿ ਉਸ ਸ਼ਹਿਰ ਦੇ ਵਿੱਚ ਸਿਰਫ ਇੱਕ ਹੀ ਸਿੱਖ ਪਰਿਵਾਰ ਬੈਠਾ ਸੀ ਤੇ ਉੱਥੋਂ ਦੇ ਲੋਕ ਉਸ ਪਰਿਵਾਰ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ, ਬਹੁਤ ਜ਼ਿਆਦਾ ਮਾਣ ਦਿੰਦੇ ਸੀ। ਉਹਨਾਂ ਨਾਲ ਮਿਲੇ ਤੇ ਗੱਲਾਂ ਬਾਤਾਂ ਦੌਰਾਨ ਸਾਨੂੰ ਪਤਾ ਚੱਲਿਆ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਵੀ ਹੈ ਛਾਉਣੀ ਦੇ ਵਿੱਚ। ਅਸੀਂ ਜਦੋਂ ਗੁਰਦੁਆਰਾ ਸਾਹਿਬ ਗਏ ਤਾਂ ਉੱਥੇ ਦੋ ਯੂਪੀ ਦੇ ਫੌਜੀ ਵੀਰ ਸੀ ਜਿਨ੍ਹਾਂ ਦੀ ਉਸ ਦਿਨ ਡਿਊਟੀ ਲੰਗਰ ਬਣਾਉਣ ਤੇ ਗੁਰਦੁਆਰਾ ਸਾਹਿਬ ਦੀ ਸਾਫ ਸਫਾਈ ਕਰਨ ਤੇ ਲੱਗੀ ਸੀ। ਸੋਨਾ ਨੇ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਲੰਗਰ ਛਕਾਇਆ, ਬੜਾ ਮਾਣ ਬਖਸ਼ਿਆ। ਪਰ ਉਸ ਤ੍ਰਿਵੇਂਦਰਮ ਵਾਲੇ ਪਰਿਵਾਰ ਦੇ ਵਿੱਚ, ਉਸ ਕੇਰਲਾ ਵਾਲੇ ਪਰਿਵਾਰ ਦੇ ਵਿੱਚ ਸਿਰਫ ਇੱਕ ਹੀ ਖਾਸੀਅਤ ਸੀ ਕਿ ਉਹ ਆਪਣੇ ਸਿੱਖੀ ਸਰੂਪ ਦੇ ਵਿੱਚ ਸੀ। ਇਹ ਸਾਡੀ ਪਿੱਠ ਪਿੱਛੇ ਖੜਾ ਸਾਡਾ ਇਤਿਹਾਸ ਹੈ ਜਿਹੜਾ ਸਾਡੇ ਕਿਰਦਾਰ ਨੂੰ ਦੁਨੀਆ ਦੇ ਵਿੱਚ ਸਭ ਤੋਂ ਉੱਚਾ ਕਰਦਾ। ਮਾਣ ਹੈ ਉਹਨਾਂ ਜਵਾਨੀਆਂ ਤੇ ਮੋਹਣ ਬੰਸੀਆਂ ਵਾਲਿਆਂ ਤੋੜ ਦਿੰਦੇ ਸ਼ੇਰ ਸੂਰਮੇ ਸੰਗਲ ਗੁਲਾਮੀਆਂ ਦੇ, ਸ਼ੇਰ ਸੂਰਮੇ ਸੰਗਲ ਗੁਲਾਮੀਆਂ ਦੇ। ਤਾੜੀਆਂ ਮਾਰਦੇ ਕੋਈ ਜ਼ੋਰਦਾਰ ਹਿੱਲ ਕੇ। ਸੋ ਵੀਰੋ ਸਾਡਾ ਇਹੋ ਜਿਹਾ ਇਤਿਹਾਸ ਹੈ ਜਿਹੜਾ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੇ ਬੁੱਢੇ ਬਡੇਰੇ ਕੁਰਬਾਨੀਆਂ ਕਰਨ ਵਾਲਿਆਂ ਦੇ ਨਾਲ ਭਰਿਆ ਪਿਆ। ਯਾਦ ਕਰੀਏ ਠੰਡੇ ਬੁਰਜ ਦੀ ਰਾਤ ਜਿੱਥੇ ਮਾਤਾ ਗੁਜਰੀ ਸਾਰੀ ਰਾਤ ਆਪਣੇ ਪੋਤਿਆਂ ਨੂੰ ਹੱਥਾਂ ਦਾ ਨਿੱਘ ਦਿੰਦੀ ਰਹੀ, ਛਾਤੀ ਨਾਲ ਲਾ ਕੇ ਨਿੱਘ ਦਿੰਦੀ ਰਹੀ ਤੇ ਗੱਲ ਸਮਝਾਉਂਦੀ ਰਹੀ ਕਿ ਜਬਰ ਜ਼ੁਲਮ ਦੇ ਅੱਗੇ ਤੁਸੀਂ ਝੁਕਣਾ ਨਹੀਂ। ਤੇ ਜਦੋਂ ਅਗਲੇ ਦਿਨ ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਸੋਚਿਆ ਕਿ ਤਾਂ ਬੱਚੇ ਆ ਡਰ ਜਾਣਗੇ ਝੁਕ ਜਾਣਗੇ, ਪਰ ਉਹਨਾਂ ਤੋਂ ਨਿੱਕੇ ਨਿੱਕੇ ਬੱਚਿਆਂ ਨੇ ਜਬਰ ਜ਼ੁਲਮ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹਨਾਂ ਨੂੰ ਲਲਕਾਰਿਆ ਤੇ ਉਹਨਾਂ ਦੇ ਹੌਸਲੇ ਸਰਹੰਦ ਦੀਆਂ ਕੰਧਾਂ ਵੀ ਨਹੀਂ ਤੋੜ ਸਕੀਆਂ। ਸਮਝੀ ਨਾ ਕਿ ਡਰ ਜਾਂਗੇ ਸੂਬੇ ਧਰਮ ਲਈ ਮਰ ਜਾਂਗੇ, ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਹਦਾ ਖੂਨ ਦਿੱਲੀ ਦੇ ਖੇੜਿਆਂ ਤੇ, ਅਸੀਂ ਪੁੱਤਰ ਹਾਂ ਉਸ ਪਿਤਾ ਦੇ ਜਿਹਦੇ ਚਲਦੇ ਤੀਰ ਨਿਬੇੜਿਆਂ ਤੇ, ਜਿਹਦੇ ਚਲਦੇ ਤੀਰ ਨਿਬੇੜਿਆਂ ਤੇ। ਇਹੋ ਜਿਹਾ ਇਤਿਹਾਸ ਸੀ ਸਾਡਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਵਾਸਤੇ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਿਨਵਾਤੇ ਦੇ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਤੇ। ਉਹ ਇਤਿਹਾਸ ਹੈ ਸਾਡਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਏ ਵਰਗੇ ਸੂਰਮਿਆਂ ਨੇ ਜਨਮ ਲਿਆ। ਆਈਆਂ ਪਲਟ ਕੇ ਵੀਰ ਤੋਪਖਾਨੇ, ਅੱਗੋਂ ਸਿੰਘਾਂ ਨੇ ਹੱਲੇ ਪੈਨ ਦਿੱਤੇ। ਆਈਆਂ ਪਲਟਣਾ ਵੀਰ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਹੱਲੇ ਪੈਨ ਦਿੱਤੇ। ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀਆਂ ਦੇ ਰਹਿਣ ਨਾ
ਫੜਕਦਾ ਪਰ ਸਾਡਾ ਉਹ ਸੀ ਜਰਨੈਲ ਹਰੀ ਸਿੰਘ ਨਲੂਆ ਜਿਹਨੇ ਸ਼ੇਰ ਨੂੰ ਵੀ ਪਾੜਤਾ ਸੀ ਪਰ ਅਫਸੋਸ ਹੁੰਦਾ ਅੱਜ ਦੀ ਸਾਡੀ ਹਾਜ਼ਰੀ ਭਰਾਂਗੇ ਕਬੱਡੀ ਦਾ ਜਿਹੜਾ ਮੈਚ ਹੈ ਉਹ ਵੀ ਬੜਾ ਤਗੜਾ ਹੈ ਮੈਂ ਕਿਤੇ ਸਾਡਾ ਭਰਾ ਹਰਦਿਆਲ ਸੁੱਖਾ ਵੀ ਕੁਝ ਕਹਿਣਾ ਚਾਹੁੰਦਾ ਹੈ ਨਵਜੋਤ ਕੌਰ ਲੰਬੀ ਕਾਫੀ ਵਾਰ ਫੇਸਬੁੱਕ ਤੇ ਵਟਸਐਪ ਉੱਤੇ ਮੈਂ ਸੁਣਿਆ ਪਹਿਲੀ ਵਾਰ ਅੱਜ ਮੈਨੂੰ